सत श्री अकाल भाई सारयां नूं। मास्टर केडर यूनियन चैनल ते तुहाड़ा स्वागत है। 41 कार्ड भर्ती नाल संबंधित जो पिछले दिनी कोर्ट केस बारे फैसला आया उहदे बारे वैसे तां तुसीं सारयां ने डिटेल च तुहानूं सारी जानकारी मिल गई होणी आ, पर फिर भी कई साथी ने जिहड़े हले भी उह केडर नूं जिहड़े सिलेक्टेड कैंडीडेट्स ने उहनां नूं गुमराह करी जांदे ने, जां असीं भी इहदे संबंधी इक वीडियो कल जिहड़ी चैनल ते अपलोड कीती सी जिन्नी कु सानूं जानकारी सी, हो सकदा साडी जानकारी थोड़ी इधर उधर हो सकती होवे तां उहदे लई माफ़ी आ, पर इह आ वी हले भी काफ़ी ज़्यादा साथी ने जिहड़े उह केडर नूं गुमराह करदे ने। तो साडी वीडियो दे नीचे भी एक दो कमेंट आए सी जिहड़े कहिंदे असीं कहा सी कि हाँ 1-2% फर्क पै सकदा मैरिट दा इधर उधर, पर बहुता ज़्यादा फर्क नहीं पैना, भी तुसीं थोनूं जिहड़ी घबराउण दी बिल्कुल लोड़ नहीं हैगी। ਤਾਂ ਉਹ ਸਾਥੀਆਂ ਦੇ ਕਮੈਂਟ ਆਏ ਕਿ ਇਦਾਂ ਨਹੀਂ ਹੋਣਾ ਜੀ, 40% ਤੱਕ ਜਿਹੜੀ ਉਹ ਲਿਸਟਾਂ ਹੱਲ ਜਾਣਗੀਆਂ ਦੁਬਾਰਾ ਤੋਂ। ਤਾਂ ਪਤਾ ਨਹੀਂ ਕਿਉਂ ਲੋਕ ਉਹ ਜਿਹੜੇ ਸਿਲੈਕਟਡ ਨੇ ਉਹਨਾਂ ਤਾਂ ਉਹ ਤਾਂ ਪਹਿਲੀ 6-7 ਮਹੀਨੇ ਤੋਂ ਲਗਾਤਾਰ ਪਰੇਸ਼ਾਨ ਚੱਲ ਰਹੇ ਨੇ, ਰੋਜ਼ ਉਡੀਕਦੇ ਨੇ, 4 ਦਿਨ ਦਿੱਤੇ, ਕਦੇ 7 ਦਿਨ ਦਿੱਤੇ, ਕਦੇ ਹਫ਼ਤਾ ਦਿੱਤਾ, ਕਦੇ 2 ਹਫ਼ਤੇ ਦਿੱਤੇ, ਹੈ ਨਾ। ਉਹ ਤਾਂ ਪਹਿਲੀ ਇੱਕ ਮਾਨਸਿਕ ਪਰੇਸ਼ਾਨ ਨੇ, ਪਰ ਪਤਾ ਨਹੀਂ ਕਿਉਂ ਲੋਕ ਹਲੇ ਵੀ ਉਹਨਾਂ ਨੂੰ ਜਿਹੜਾ ਜ਼ਿਆਦਾ ਪਰੇਸ਼ਾਨ ਕਰ ਰਹੇ ਨੇ। ਤਾਂ ਉਹਨਾਂ ਲਈ ਇਹ ਵੀਡੀਓ ਆ, ਤੁਸੀਂ ਥੋੜ੍ਹੀ ਜਿਹੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਵੀ ਫ਼ਰਕ ਕਿੰਨਾ ਕੁ ਪੈਣਾ ਗਾ। ਖਾਸ ਕਰਕੇ ਮੈਥ ਅਤੇ ਇੰਗਲਿਸ਼ ਦੀ ਵੀਡੀਓ ਅਸੀਂ ਬਾਅਦ ਦੇ ਵਿੱਚ ਬਣਾਵਾਂਗੇ ਚੈਨਲ 'ਤੇ, ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਅਸੀਂ ਸਾਰੀ ਡਿਟੇਲ 'ਚ ਵੀਡੀਓ ਬਣਾ ਦਾਂਗੇ ਕਿ ਮੈਥ ਅਤੇ ਇੰਗਲਿਸ਼ ਨੂੰ ਥੋੜ੍ਹਾ ਫਰਕ ਪੈ ਸਕਦਾ, ਪਰ ਬਾਕੀ ਸਬਜੈਕਟਸ ਇਹਦੇ ਨਾਲ ਬਹੁਤਾ ਜ਼ਿਆਦਾ ਕੋਈ ਫਰਕ ਨਹੀਂ ਪੈਣਾ। ਅਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਧਿਆਨ ਨਾਲ ਸੁਣਿਓ, ਅਤੇ ਚੈਨਲ 'ਤੇ ਜੇਕਰ ਸਬਸਕ੍ਰਾਈਬ ਨਹੀਂ ਕੀਤਾ, ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ ਮਾਸਟਰ ਕੇਡਰ ਦੀ ਅਪਡੇਟ ਜਿਹੜੀ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਕੱਲ੍ਹ ਵਾਲੇ ਕੇਸ ਬਾਰੇ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ, ਤਾਂ ਉਹਦਾ ਜੇਕਰ ਮੇਨ ਆਪਾਂ 1-2 ਲਾਈਨਾਂ ਦੇ ਵਿੱਚ ਨਿਬੇੜੀਏ ਕਿ ਹੈ ਕੀ ਚੱਕਰ ਸੀਗਾ ਉਹ ਕੱਲ੍ਹ ਵਾਲੀ ਵੀਡੀਓ ਰਾਹੀਂ, ਵੀ ਬਹੁਤ ਸਾਰਾ ਕੇਡਰ ਜਿਹੜਾ ਨਹੀਂ ਸਮਝ ਸਕਿਆ ਸੀ, ਸਾਨੂੰ ਕਾਫੀ ਜ਼ਿਆਦਾ ਮੈਸੇਜ ਆਏ, ਤਾਂ ਉਹਦੇ ਬਾਰੇ ਜਿਹੜੀਆਂ ਮੇਨ 2 ਗੱਲਾਂ ਨੇ ਉਹ ਇਹ ਆ ਕਿ ਪਹਿਲਾਂ ਮੰਨ ਕੇ ਚਲੋ ਜੇਕਰ 1000 ਪੋਸਟ ਆਉਂਦੀ ਹੈ, 1000 ਦੇ ਵਿੱਚੋਂ ਚਲੋ ਆਪਾਂ ਜ਼ਿਆਦਾ, ਵੈਸੇ ਤਾਂ ਉਹ ਡਿਵਾਈਡ ਹੁੰਦੇ ਨੇ ਪਰਸੈਂਟੇਜ ਵਾਈਜ਼, ਡਿਵਾਈਡ ਕੀਤਾ ਹੁੰਦਾ ਜਿਹੜਾ ਐਕਸ ਸਰਵਿਸਮੈਨ ਕੋਟਾ ਹੁੰਦਾ ਜਾਂ ਸਪੋਰਟਸ ਕੋਟਾ ਹੁੰਦਾ, ਪਰ ਕਈ ਵਾਰੀ ਬੈਕਲੌਗ ਕਰਕੇ ਉਹ ਵੱਧ ਵੀ ਜਾਂਦਾ। ਜਿਵੇਂ 37-04 ਭਰਤੀ ਦੇ ਵਿੱਚ ਜੇਕਰ ਆਪਾਂ SS ਦੀ ਗੱਲ ਕਰੀਏ, SS ਸਬਜੈਕਟ ਦੇ ਵਿੱਚ ਟੋਟਲ ਪੋਸਟ 200 ਸੀਗੀ, ਪਰ 117 ਸਾਬਕਾ ਫੌਜੀਆਂ ਦੀਆਂ ਪੋਸਟਾਂ ਸੀਗੀਆਂ ਕਿਉਂਕਿ ਉਹ ਬੈਕਲੌਗ ਸੀਗਾ, ਤਾਂ ਉਹਦੇ ਵਿੱਚੋਂ ਲਗਭਗ 50-55 ਪੋਸਟਾਂ ਜਿਹੜੀਆਂ ਉਹ ਖਾਲੀ ਰਹਿ ਗਈਆਂ ਸੀ, ਤਾਂ ਉਹ ਜਿਹੜੀ ਜਨਰਲ ਕੈਟਾਗਰੀ ਨੂੰ ਮਿਲ ਗਈਆਂ ਸੀ। ਤਾਂ ਇਸ ਵਾਰੀ ਜਿਹੜਾ ਹੁਣ ਇਹ ਹਾਈ ਕੋਰਟ ਦੇ ਜਿਹੜੇ ਹੁਣ ਆਰਡਰ ਆਏ ਨੇ ਇਹਨਾਂ ਦੇ ਮੁਤਾਬਕ ਬਦਲੂਗਾ ਕੀ, ਤਾਂ ਇਹਦੇ ਮੁਤਾਬਕ ਜਿਹੜਾ ਇਹ ਹੋਊਗਾ ਵੀ ਉਹ ਜਿਹੜੀਆਂ ਪੋਸਟਾਂ ਜੇਕਰ ਉਹ ਕਿਸੇ ਕੈਟਾਗਰੀ ਦੇ ਵਿੱਚ ਖਾਲੀ ਰਹਿੰਦੀਆਂ ਨੇ, ਮੰਨ ਲਓ BC ਦੀ ਸਪੋਰਟਸ ਖਾਲੀ ਰਹਿ ਗਈ, SC ਦੀ ਸਪੋਰਟਸ ਖਾਲੀ ਰਹਿ ਗਈ, SC ਦੀ ਐਕਸ ਸਰਵਿਸਮੈਨ ਖਾਲੀ ਰਹਿ ਗਏ, ਜਰਨਲ ਦੇ ਐਕਸ ਸਰਵਿਸਮੈਨ ਖਾਲੀ ਰਹਿ ਗਏ, ਤਾਂ ਉਹ ਟੋਟਲ ਪੋਸਟਾਂ ਹੁਣ ਜਰਨਲ ਨੂੰ ਦੇਣ ਦੀ ਬਜਾਏ ਹੁਣ ਓਪਨ ਮੈਟ ਬਣੂਗੀ ਉਹਨਾਂ ਦੀ। ਜਿਵੇਂ ਇੱਕ ਓਪਨ ਦੀ ਮੈਟ ਪਹਿਲਾਂ ਬਣਦੀ ਹੈ, ਜਿਵੇਂ ਮੰਨ ਕੇ ਚਲੋ 500 ਪੋਸਟ 'ਤੇ ਓਪਨ ਦੀ ਮੈਟ ਬਣ ਗਈ ਵੀ 250 ਪੋਸਟ ਓਪਨ ਨੂੰ ਦਿੱਤੀ ਹੈ, ਤਾਂ 250 ਦੇ ਵਿੱਚ SC ਵੀ ਆਊਗਾ, BC ਵੀ ਆਊਗਾ, ਤਾਂ ਸਾਰੇ ਕੈਂਡੀਡੇਟ ਉਹਦੇ ਵਿੱਚ ਆਉਣਗੇ। ਤਾਂ ਇਸੇ ਤਰ੍ਹਾਂ ਹੁਣ ਉਹਦੀ ਜਿਹੜੀ ਜਿਹੜੀ ਮੈਟ ਲਿਸਟ ਹੈ ਉਹ ਬਣੂਗੀ, ਅਤੇ ਇਹਦੇ ਨਾਲ ਜੇਕਰ ਆਪਾਂ ਦੇਖੀਏ ਜਿਹੜੇ ਪਹਿਲਾਂ ਲਿਸਟਾਂ ਬਣੀਆਂ ਹੋਈਆਂ ਨੇ, ਹਾਂ ਹਾਲਾਂਕਿ ਓਪਨ ਦੇ ਵਿੱਚ ਥੋੜ੍ਹਾ ਬਹੁਤਾ ਫੇਰ ਬਦਲ ਹੋਊਗਾ, ਕਿਉਂਕਿ ਮੰਨ ਕੇ ਚਲੋ ਜਿਹੜੇ ਬੰਦੇ ਦੇ ਹੁਣ ਜੇਕਰ ਆਪਾਂ, ਮੈਂ SS ਦੀ ਗੱਲ ਕਰਦਾ, ਜੇਕਰ ਜਿਹੜੇ ਬੰਦੇ ਦੇ ਹੁਣ ਮੰਨ ਕੇ ਚਲੋ 101 ਦਾ 2 ਨੰਬਰ ਨੇ ਜਾਂ 104 ਨੰਬਰ ਲਾ ਲਓ, 106 ਸੋਰੀ BC ਦੇ ਵਿੱਚ ਜਾਂ SC ਦੇ ਵਿੱਚ, ਚਲੋ ਵੈਸੇ ਤਾਂ ਮੈਨੂੰ ਪਤਾ ਵੀ ਕਿੰਨੇ ਕਿੰਨੇ ਤੱਕ ਮੈਟ ਗਈ ਆ, ਮੈਂ ਵੈਸੇ ਸਪੋਜ਼ ਕਰਕੇ ਤੁਹਾਨੂੰ ਦੱਸਦਾ ਸਾਰੀਆਂ ਚੀਜ਼ਾਂ। ਹੁਣ ਜੇ 106 ਨੰਬਰ ਨੇ, ਹੁਣ ਜੇ 50 ਸੀਟਾਂ ਖਾਲੀ ਰਹਿ ਗਈਆਂ, ਉਹ 50 ਸੀਟਾਂ ਅੱਗੇ ਤਾਂ ਸਿੱਧਾ ਜਰਨਲ ਨੂੰ ਮਿਲਣੀਆਂ ਸੀਗੀਆਂ, ਤਾਂ ਹੁਣ ਇਸ ਵਾਰੀ ਉਹਨਾਂ ਦੀ ਜਿਹੜੀ ਉਹ ਮੈਟ ਹੈ ਜਿਹੜੀ ਉਹ ਕੰਬਾਈਨ ਬਣੂਗੀ ਵੀ ਦੋਨਾਂ ਤਿੰਨਾਂ ਕੈਟਾਗਰੀਆਂ ਦੀ, ਤਾਂ ਉਹ 106 ਵਾਲਾ ਹੁਣ ਸਿੱਧਾ ਓਪਨ 'ਚ ਚੱਲ ਜੂਗਾ ਜੇਕਰ ਉਹ ਪਹਿਲਾਂ ਆਪਣੀ ਕੈਟਾਗਰੀ ਦੇ ਵਿੱਚ ਸੀਗਾ। ਤਾਂ ਜੇ ਉਹ ਓਪਨ 'ਚ ਚੱਲ ਗਿਆ ਤਾਂ ਉਹਦੇ ਪਿੱਛੇ ਵਾਲਾ ਬੰਦਾ ਜਿਹੜਾ ਉਹ ਅੱਗੇ ਜਾਊਗਾ, ਉਹ ਉਹਦੀ ਜਗ੍ਹਾ 'ਤੇ ਆਜੂਗਾ, ਤਾਂ ਇੱਦਾਂ ਇੱਦਾਂ ਕਰਕੇ ਥੋੜ੍ਹਾ ਸ਼ਫਲਿੰਗ ਹੋਊਗੀ। ਤਾਂ ਥੋੜ੍ਹੇ ਬਹੁਤੇ ਕੈਂਡੀਡੇਟ ਨੇ ਜਿਹੜੇ ਉਹ ਜਿਵੇਂ ਪੰਜਾਬੀ ਹਿੰਦੀ ਅਤੇ SS ਦੇ ਵਿੱਚ, ਅਤੇ ਇਹਨਾਂ ਤਿੰਨਾਂ ਸਬਜੈਕਟਾਂ ਦੇ ਵਿੱਚ ਥੋੜ੍ਹੇ ਬਹੁਤੇ ਚੇਂਜ ਹੋ ਸਕਦੇ ਨੇ। ਪਰ ਜੇਕਰ ਆਪਾਂ ਇੰਗਲਿਸ਼ ਅਤੇ ਮੈਥ ਅਤੇ ਸਾਇੰਸ ਦੀ ਗੱਲ ਕਰੀਏ, ਤਾਂ ਖਾਸ ਕਰਕੇ ਵੈਸੇ ਇਹ ਕੇਸ ਆ ਜਿਹੜਾ, ਪਰ ਕੇਸ ਤਾਂ ਇਹ ਲੱਗਾ ਹੀ ਸਿਰਫ ਇੰਗਲਿਸ਼ ਅਤੇ ਮੈਥ 'ਤੇ ਸੀਗਾ, ਕਿਉਂਕਿ ਮੈਥ ਦੀਆਂ ਪੋਸਟਾਂ ਕਾਫੀ ਜ਼ਿਆਦਾ ਹੁੰਦੀਆਂ ਨੇ, ਇਹਦੇ ਵਿੱਚ ਸਪੋਰਟਸ ਕੋਟਾ, ਐਕਸ ਸਰਵਿਸਮੈਨ ਕੋਟਾ ਬਹੁਤ ਜ਼ਿਆਦਾ ਹੁੰਦਾ, ਤਾਂ ਇਹਦੇ ਵਿੱਚ ਥੋੜ੍ਹਾ ਫੇਰ ਬਦਲ ਵੱਡਾ ਹੋ ਸਕਦਾ। ਉਹਦੀ ਡਿਟੇਲ 'ਚ ਆਪਾਂ ਵੀਡੀਓ ਤੁਹਾਨੂੰ ਥੋੜ੍ਹੇ ਟਾਈਮ 'ਚ, ਹਲੇ ਥੋੜ੍ਹੇ ਬਿਜ਼ੀ ਹਾਂ, ਬਣਾ ਕੇ ਦੇ ਦਾਂਗੇ, ਤਾਂ ਪੂਰੀ ਡਿਟੇਲ 'ਚ ਵੀ ਕਿੰਨਾ ਕੁ ਫਰਕ ਪੈ ਸਕਦਾ। ਬਾਕੀ ਸਬਜੈਕਟਸ ਵਾਲੇ ਕੈਂਡੀਡੇਟਸ ਨੂੰ ਇੱਕ ਬੇਨਤੀ ਆ ਕਿ ਤੁਸੀਂ ਬਹੁਤਾ ਜ਼ਿਆਦਾ ਨਾ ਘਬਰਾਓ। ਹਾਂ, ਉਹਨਾਂ ਕੈਂਡੀਡੇਟਸ ਲਈ ਥੋੜ੍ਹੀ ਮੁਸ਼ਕਲ ਹੋ ਸਕਦੀ ਹੈ ਜਿਹੜੇ ਬਿਲਕੁਲ ਬਾਰਡਰ ਲਾਈਨ 'ਤੇ ਖੜ੍ਹੇ ਸੀਗੇ, ਜਾਂ ਜਿਨ੍ਹਾਂ ਨੂੰ ਇਹ ਸੀਗੀ ਉਮੀਦ ਕਿ ਹਾਂ ਸਾਡਾ ਨੰਬਰ ਆ ਜਿਹੜਾ ਡੀਰਜ਼ਰਵ ਪੋਸਟਾਂ ਕਰਕੇ ਆਜੂਗਾ, ਤਾਂ ਉਹ ਥੋੜ੍ਹਾ ਜਿਹਾ 10 ਹਫ਼ਤਾ ਵੇਟ ਕਰਨਾ, ਤਾਂ ਸਾਰੀ ਜਿਹੜੀ
तस्वीर है वो साफ हो जाऊगी कि की ये होगा की नहीं होगा। बाकी कई कैंडिडेट्स असी जो तो वीडियो अपलोड करते ना थोड़े जे कमेंट करते रहेंगे पुठे सीधे, एक तो अपनी आदत यह आ भी मैं जिन्हें कि मेरे को इन्फॉर्मेशन होंगी है जैनुअन जी मैं वही वीडियो बना हूं। हाँ हो सकता एक अद्धी बार मेरे तो गलत वीडियो बन जाए पर मेरा मकसद नहीं होंगे गलत वीडियो बनाने का, पर कई साथी कमेंट कर देंगे ने कि व्यू लैन वास्ते जा इदा। तो एक जोड़ा बंदा होंगे ना एक तो होंगे तुसी कई यूट्यूब चैनलों की वीडियो देख लो वो कमेंट ऑफ कर देंगे, मेरी अज तक कदे मैं वीडियो के कमेंट ऑफ नहीं किए क्योंकि वो कमेंट ऑफ क्यों करते होंगे झूठी वीडियो पाते हैं उन्होंने ये होंगे भी सानू कोई पुठा सीधा ना बोले, पर मेरी आदत आ भी मैं सच्ची वीडियो पाँगा पर फिर भी चल बोल देंगे ने उदो इदा जी करता हूँ जेकर बंदा सामने हो ना तो भी जी करता हूँ भी वट के मारो दे लफड़ा क्योंकि वैसे लैंग्वेज जी मास्टर लैंग्वेज नहीं आती ये तो मैं वैसे दस रहा थोड़ू, पर गल यह भी जब तो बंदा सामने होकर गल आख दे भी हाँ यार आ तेरी झूठी आ फिर तो पता लग जाए फिर तो आप दस दिए यूट्यूब ना तो अगले की पछाण होंगी है भी बंदा कौन है कितों का है ये या तो अपना नाम पता तो फोन नंबर दस दया करो वीर बन के जो यह कमेंट करना हों तो फिर मैं जाना मेरा कम जाने भी फिर मैं की करूँगा इन्नी क थोड़े लिए बेनती है। तो बाकी ये संबंध में आप वीडियो एक दो ना दोबारा अपलोड कर देंगे पूरी जानकारी नाल, ते तुसी फिलहाल ये वीडियो नू वध तो वध शेयर कर दिओ क्योंकि गुमराह नहीं होना एक तो तुसी एक तो सारा कैडर पहले ही मानसिक परेशान चली जांदा उपरों लोग यूट्यूब चैनल वाले जिन्हां नू सिर्फ अपनी कमाई तक मतलब है खास करके वो जिन्होंने अकैडमियां अपने चलाईया हुई हैं क्योंकि आपां नू ना तो मैं अज तक कदे एक वीडियो च भी यह दस नहीं कहा भी मेरी वीडियो नू वध तो वध लाइक करो, हालांकि मेरी वीडियो में व्यू चंगे आते लाइक चंगे आते अज तक मैं कदे एक बारी भी लाइक शब्द का वरतों नहीं की क्योंकि ये वो करते हैं जिन्होंने लालच होंगे अपन लालच कोई नहीं अपने को वधिया ओरिजिनल इन्फॉर्मेशन होंगी है तो डिपार्टमेंट वालों हर एक अपडेट मेरे को पहुँचती रहती है वधिया उत्थे हैगे ने थोड़े बहुते जिने क लिंक हैगे ने। तो फिलहाल दे लई जिहड़ा इह बेनती सीगियां तुसी वीडियो नू शेयर कर दो ते चैनल नू सबसक्राइब करके बैल आइकन प्रेस कर दिओ ताकि मास्टर केडर की अपडेट जिहड़ी आपां तुहाडे तक लैके आउंदे रहीए। बाकी कुछ गल्लां इहदे विचों भी रह गईआं होणीआं ओह असीं नैक्सट वीडियो विच तुहानू दस दांगे, बहुत जल्द शाम तक असीं सारी डिटेल शायद वीडियो बना दईए। तो थैंक यू सो मच।